ਕਿ ਅਸੀਂ ਭਾਈ ਕਿਸੇ ਸਾਡੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ, ਪਰ ਜਿਹੜੀ ਗੱਲ ਸੱਚ ਆ ਉਹ ਕਹਿ ਦੇਣੀ ਚਾਹੁੰਦੇ ਇੱਥੇ ਠੋਕ ਕੇ, ਕਿਉਂਕਿ ਨਾ ਕਿਸੇ ਦਾ ਡਰ ਆ ਨਾ ਭੈ, ਖਾਲਸਾ ਮੇਰੇ ਭੈ ਹੈ। ਫਰੀਦਕੋਟ ਸੀਟ 'ਤੇ ਬੀਜੇਪੀ ਨੇ ਆਪਣਾ ਕੈਂਡੀਡੇਟ ਹੰਸ ਰਾਜ ਹੰਸ ਲੋਕ ਗਾਇਕ ਜਿਹੜਾ ਖੜਾ ਕੀਤਾ ਹੈ, ਅਤੇ ਕਿਸਾਨ ਜਥੇਬੰਦੀਆਂ ਉਹਦੇ ਨਾਲ ਇੰਨਾ ਕੁ ਧੱਕਾ ਕਰ ਰਹੀਆਂ ਜਿਵੇਂ ਉਹ ਬੰਦਾ ਕੋਈ ਹੋਰ ਕੰਟਰੀ 'ਚੋਂ ਫੜ ਕੇ, ਕਿਸੇ ਹੋਰ ਦੇਸ਼ 'ਚੋਂ ਫੜ ਕੇ ਇਹ ਸਾਡੇ ਫਰੀਦਕੋਟ ਹਲਕੇ 'ਤੇ ਲਾਇਆ ਗਿਆ। ਉਹ ਜਿਹੜੇ ਉਹ ਮਹੱਲੇ ਜਾਂਦਾ, ਪਿੰਡ ਜਾਂਦਾ, ਜਿੱਥੇ ਜਾਂਦਾ ਉਹਦੇ ਮਗਰ ਲਾਲਾ ਲਾਲਾ ਕਰਕੇ ਪੈ ਨਿਕਲਦੇ ਆ, ਜਿਹੜੀ ਬਹੁਤ ਗਲਤ ਗੱਲ ਆ। ਪਰ ਮੈਂ ਉਹਨਾਂ ਹੰਸਰਾਜ ਧੰਨਵਾਦ ਕਰੇ, ਉਹਨਾਂ ਦਾ ਹੰਸਰਾਜ ਨਾ ਧੰਨਵਾਦ ਕਰੇ, ਕਿਉਂਕਿ ਜਿੰਨਾ ਪ੍ਰਚਾਰ ਹੰਸਰਾਜ ਤੋਂ ਨਹੀਂ ਹੋਣਾ ਸੀ, ਇੰਨਾ ਪ੍ਰਚਾਰ ਹੰਸਰਾਜ ਤੋਂ ਨਹੀਂ ਹੋਣਾ ਸੀ ਆਪਣਾ ਆਪਣੇ ਇਸ ਪਾਰਟੀ ਦਾ ਆਪਣੀ ਸੀਟ 'ਤੇ ਜ਼ੋਰ ਉਹਨਾਂ ਨਹੀਂ ਲੱਗਣਾ ਸੀ ਜਿੰਨਾ ਜਥੇਬੰਦੀਆਂ ਨੇ ਇਹਦਾ ਪ੍ਰਚਾਰ ਕਰ ਦਿੱਤਾ। ਅੱਜ ਪਿੰਡਾਂ ਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਹੰਸਰਾਜ ਹੰਸ ਦੀ ਹਮਾਇਤ ਕਰਨ ਲੱਗੇ ਆ, ਕਿਉਂਕਿ ਹੰਸਰਾਜ ਹੰਸ ਦੇ ਰੋ ਕੇ ਉਹਨੇ ਬੇਨਤੀ ਕੀਤੀ ਕਿ ਮੈਂ ਲੋਕਾਂ ਨੂੰ ਮਿਲਣਾ ਚਾਹੁੰਦਾ ਪਿੰਡਾਂ 'ਚ, ਅਤੇ ਇਹ ਲੋਕ ਮੈਨੂੰ ਮਿਲ ਨਹੀਂ ਦਿੰਦੇ। ਕਹਿੰਦੇ ਆ ਵੀ ਪੰਜਾਬ ਦੇ ਵਿੱਚ ਇੱਕ ਤੁਹਾਡੀ ਮਾਲਕੀ ਤਾਂ ਤੁਸੀਂ ਹੀ, ਮਤਲਬ ਜੋ ਕਹੋਗੇ ਉਵੇਂ ਹੀ ਹੋਣਾ ਚਾਹੀਦਾ ਹੈ, ਕਿਉਂ ਤੁਸੀਂ ਪੰਜਾਬ ਠੇਕੇ 'ਤੇ ਲਿਆ ਗਿਆ, ਇਹ ਵੀ ਨਹੀਂ ਚੱਲਣਾ। ਜੇ ਕੋਈ ਗਰੀਬ ਪਰਿਵਾਰ ਦਾ ਬੰਦਾ ਇਲੈਕਸ਼ਨ 'ਚ ਖੜਾ, ਤੁਹਾਨੂੰ ਬਰਦਾਸ਼ਤ ਕਿਉਂ ਨਹੀਂ ਹੁੰਦਾ ਗਾ? ਤੁਸੀਂ ਵੀ ਬਰਦਾਸ਼ਤ ਕਰਨਾ ਸਿੱਖੋ ਯਾਰ। ਹਾਂ ਮੈਂ ਕਹਿੰਦਾ ਲੋਕਾਂ ਨੇ ਤਾਂ ਵੋਟ ਪਾਉਣੀ ਨਹੀਂ ਸੀ ਬੀਜੇਪੀ ਨੂੰ, ਲੋਕਾਂ ਨੇ ਬੀਜੇਪੀ ਨੂੰ ਵੋਟ ਪਾਉਣੀ ਨਹੀਂ ਸੀ, ਪਰ ਤੁਸੀਂ ਲੋਕਾਂ ਨੇ ਬੀਜੇਪੀ ਦਾ ਪ੍ਰਚਾਰ ਇੰਨਾ ਕੁ ਜ਼ਿਆਦਾ ਕਰਤਾ, ਹੰਸਰਾਜ ਦਾ ਪ੍ਰਚਾਰ ਇੰਨਾ ਕੁ ਜ਼ਿਆਦਾ ਕਰਤਾ ਕਿ ਗਰੀਬ ਲੋਕ ਪਿੰਡਾਂ ਦੇ ਵਿੱਚ ਜਾ ਕੇ ਵੇਖੋ, ਪਿੰਡਾਂ ਦੇ ਵਿੱਚ ਗਰੀਬ ਲੋਕ ਧੜਾ ਧੜ ਬੀਜੇਪੀ ਨਾਲ ਜੁੜ ਰਹੇ ਆ। ਹਾਂਜੀ, ਗੁਰੂ ਰੂਪ ਸਾਹਿਬ ਜੀ ਨੂੰ ਅੱਜ ਸਤਸੰਗ ਜੀ ਗੱਜ ਕੇ ਵਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇੱਕ ਨਾ ਇਹ ਮਤਲਬ ਲੋਕ ਸਭਾ ਹਲਕਾ ਫਰੀਦਕੋਟ ਸੀਟਾਂ ਤਾਂ ਸਾਰੀਆਂ 'ਤੇ ਬੰਦੇ ਖੜ੍ਹੇ ਆ, ਆਪਣੇ ਆਪਣੇ ਕੈਂਡੀਡੇਟ ਖੜ੍ਹੇ ਕੀਤੇ ਆ ਸਾਰੀਆਂ ਟੀਮ ਮਤਲਬ ਪਾਰਟੀਆਂ ਨੇ। ਜਿਹੜੀ ਹਲਕਾ ਫਰੀਦਕੋਟ ਸੀਟ 'ਤੇ ਖੜ੍ਹਾ ਕੀਤਾ ਆਪਣਾ ਕੈਂਡੀਡੇਟ ਬੀਜੇਪੀ ਨੇ, ਦੇਖੋ ਮੈਂ ਪਹਿਲਾਂ ਕਹਿ ਦੇਣਾ ਚਾਹੁੰਦਾ ਕਿ ਅਸੀਂ ਭਾਈ ਕਿਸੇ ਸਾਡੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ, ਪਰ ਜਿਹੜੀ ਗੱਲ ਸੱਚ ਆ ਉਹ ਕਹਿ ਦੇਣੀ ਚਾਹੁੰਦੇ ਇੱਥੇ ਠੋਕ ਕੇ, ਕਿਉਂਕਿ ਨਾ ਕਿਸੇ ਦਾ ਡਰ ਆ ਨਾ ਭੈ, ਖਾਲਸਾ ਮੇਰੇ ਭੈ ਹੈ। ਜਿਹੜੀ ਫਰੀਦਕੋਟ ਸੀਟ ਆ ਨਾ ਉਹਦੇ ਬਾਰੇ ਗੱਲ ਕਰਦੇ ਹਾਂ ਆਪਾਂ। ਫਰੀਦਕੋਟ ਸੀਟ 'ਤੇ ਬੀਜੇਪੀ ਨੇ ਆਪਣਾ ਕੈਂਡੀਡੇਟ ਹੰਸ ਰਾਜ ਹੰਸ ਲੋਕ ਗਾਇਕ ਜਿਹੜਾ ਖੜਾ ਕੀਤਾ ਹੈ, ਅਤੇ ਕਿਸਾਨ ਜਥੇਬੰਦੀਆਂ ਉਹਦੇ ਨਾਲ ਇੰਨਾ ਕੁ ਧੱਕਾ ਕਰ ਰਹੀਆਂ ਜਿਵੇਂ ਉਹ ਬੰਦਾ ਕੋਈ ਹੋਰ ਕੰਟਰੀ 'ਚੋਂ ਫੜ ਕੇ, ਕਿਸੇ ਹੋਰ ਦੇਸ਼ 'ਚੋਂ ਫੜ ਕੇ ਇਹ ਸਾਡੇ ਫਰੀਦਕੋਟ ਹਲਕੇ 'ਤੇ ਲਾਇਆ ਗਿਆ। ਉਹ ਜਿਹੜੇ ਉਹ ਮਹੱਲੇ ਜਾਂਦਾ, ਪਿੰਡ ਜਾਂਦਾ, ਜਿੱਥੇ ਜਾਂਦਾ ਉਹਦੇ ਮਗਰ ਲਾਲਾ ਲਾਲਾ ਕਰਕੇ ਪੈ ਨਿਕਲਦੇ ਆ, ਜਿਹੜੀ ਬਹੁਤ ਗਲਤ ਗੱਲ ਆ। ਪਰ ਮੈਂ ਕਹਿੰਦਾ ਇਹਨਾਂ ਕਿਸਾਨ ਜਥੇਬੰਦੀਆਂ ਦਾ ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ, ਹੰਸਰਾਜ ਧੰਨਵਾਦ ਕਰੇ ਉਹਨਾਂ ਦਾ, ਹੰਸਰਾਜ ਨੇ ਧੰਨਵਾਦ ਕਰੇ, ਕਿਉਂਕਿ
ਜਿੰਨਾ ਪ੍ਰਚਾਰ ਹੰਸਰਾਜ ਤੋਂ ਨਹੀਂ ਹੋਣਾ ਸੀ, ਇੰਨਾ ਪ੍ਰਚਾਰ ਹੰਸਰਾਜ ਤੋਂ ਨਹੀਂ ਹੋਣਾ ਸੀ ਆਪਣਾ, ਆਪਣੇ ਇਸ ਪਾਰਟੀ ਦਾ ਆਪਣੀ ਸੀਟ 'ਤੇ ਜ਼ੋਰ ਉਹਨਾਂ ਨਹੀਂ ਲੱਗਣਾ ਸੀ ਜਿੰਨਾ ਜਥੇਬੰਦੀਆਂ ਨੇ ਇਹਦਾ ਪ੍ਰਚਾਰ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਹੰਸਰਾਜ ਹੰਸ ਧੰਨਵਾਦ ਕਰੇ, ਜਿੰਨਾ ਧੰਨਵਾਦ ਕਰਤਾ ਇਹਨਾਂ ਨੇ ਜਿੰਨਾ ਪ੍ਰਚਾਰ ਕਰਤਾ ਤੇਰਾ ਹੰਸਰਾਜ ਹੰਸ ਦਾ, ਹੈਰਾਨਗੀ ਦੀ ਗੱਲ ਆ ਵੀ ਉਹ ਜਿੰਨਾ ਪਿੰਡਾਂ ਵਿੱਚ ਬੁੜੀਆਂ ਬੰਦਿਆਂ ਨੂੰ ਲੋਕਾਂ ਨੂੰ ਪਤਾ ਨਹੀਂ ਸੀ ਕਿ ਹੰਸਰਾਜ ਕੌਣ ਆ ਕੀ ਗੱਲ ਆ, ਇਹਨਾਂ ਲੋਕਾਂ ਨੇ ਉਹਦਾ ਪ੍ਰਚਾਰ ਕਰਤਾ ਫੁੱਲ ਠੋਕ ਕੇ। ਅੱਜ ਪਿੰਡਾਂ ਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਹੰਸਰਾਜ ਹੰਸ ਦੀ ਹਮਾਇਤ ਕਰਨ ਲੱਗੇ ਆ, ਕਿਉਂਕਿ ਹੰਸਰਾਜ ਹੰਸ ਦੇ ਰੋ ਕੇ ਉਹਨੇ ਬੇਨਤੀ ਕੀਤੀ ਕਿ ਮੈਂ ਲੋਕਾਂ ਨੂੰ ਮਿਲਣਾ ਚਾਹੁੰਦਾ ਪਿੰਡਾਂ 'ਚ, ਅਤੇ ਇਹ ਲੋਕ ਮੈਨੂੰ ਮਿਲ ਨਹੀਂ ਦਿੰਦੇ। ਉਹਨੇ ਇਹ ਵੀ ਗੱਲ ਠੋਕ ਕੇ ਕਹੀ ਆ ਕਿ ਮੈਂ ਇੱਕ ਗਰੀਬ ਪਰਿਵਾਰ 'ਚੋਂ, ਮਜ਼੍ਹਬੀ ਸਿੱਖ ਪਰਿਵਾਰ 'ਚੋਂ ਹਾਂ, ਅਤੇ ਇਹ ਲੋਕ ਮੇਰਾ ਜਾਤੀ ਤੌਰ 'ਤੇ ਵਿਰੋਧ ਕਰ ਰਹੇ ਆ, ਅਤੇ ਕਿਤੇ ਕੁ ਸੱਚ ਵੀ ਆ, ਇਹ ਕਿਤੇ ਇਹ ਸੱਚ ਵੀ ਆ, ਕਿਉਂਕਿ ਜਿੰਨਾ ਜ਼ਬਰਦਸਤ ਤਰੀਕੇ ਨਾਲ ਹੰਸਰਾਜ ਦਾ ਵਿਰੋਧ ਕੀਤਾ ਜਾ ਰਿਹਾ, ਕਿੰਨੇ ਕੈਂਡੀਡੇਟ ਖੜ੍ਹੇ ਆ ਹੋਰ ਜਿਹਦਾ ਇਸ ਤਰੀਕੇ ਨਾਲ ਕਿਸੇ ਦਾ ਵਿਰੋਧ ਕੀਤਾ ਜਾ ਰਿਹਾ, ਜਾ ਕੇ ਕੈਪਟਨ ਨੂੰ ਘੇਰਾ ਪਾ ਕੇ ਵਿਖਾਵੋ। ਹੱਦ ਹੋ ਗਈ ਯਾਰ, ਯਾਰ ਇਸ ਦੇਸ਼ ਵਿੱਚ ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ, ਅਤੇ ਤੁਸੀਂ ਤਾਂ ਹੱਦ ਹੀ ਕਰਤੀ। ਤੁਸੀਂ ਤਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਇੱਕ ਤੁਹਾਡੀ ਮਾਲਕੀ ਦਾ ਤੁਸੀਂ ਹੀ, ਮਤਲਬ ਜੋ ਕਹੋਗੇ ਉਵੇਂ ਹੀ ਹੋਣਾ ਚਾਹੀਦਾ, ਕਿਉਂ ਤੁਸੀਂ ਪੰਜਾਬ ਠੇਕੇ 'ਤੇ ਲਿਆ ਗਿਆ, ਇਹ ਵੀ ਨਹੀਂ ਚੱਲਣਾ। ਜੇ ਕੋਈ ਗਰੀਬ ਪਰਿਵਾਰ ਦਾ ਬੰਦਾ ਇਲੈਕਸ਼ਨ 'ਚ ਖੜਾ, ਤੁਹਾਨੂੰ ਬਰਦਾਸ਼ਤ ਕਿਉਂ ਨਹੀਂ ਹੁੰਦਾ ਗਾ, ਤੁਸੀਂ ਵੀ ਬਰਦਾਸ਼ਤ ਕਰਨਾ ਸਿੱਖੋ ਯਾਰ। ਹਾਂ ਮੈਂ ਕਹਿੰਦਾ ਲੋਕਾਂ ਨੇ ਤਾਂ ਵੋਟ ਪਾਉਣੀ ਨਹੀਂ ਸੀ ਬੀਜੇਪੀ ਨੂੰ, ਲੋਕਾਂ ਨੇ ਬੀਜੇਪੀ ਨੂੰ ਵੋਟ ਪਾਉਣੀ ਨਹੀਂ ਸੀ, ਪਰ ਤੁਸੀਂ ਲੋਕਾਂ ਨੇ ਬੀਜੇਪੀ ਦਾ ਪ੍ਰਚਾਰ ਇੰਨਾ ਕੁ ਜ਼ਿਆਦਾ ਕਰਤਾ, ਹੰਸਰਾਜ ਦਾ ਪ੍ਰਚਾਰ ਇੰਨਾ ਕੁ ਜ਼ਿਆਦਾ ਕਰਤਾ ਕਿ ਗਰੀਬ ਲੋਕ ਪਿੰਡਾਂ ਦੇ ਵਿੱਚ ਜਾ ਕੇ ਵੇਖੋ, ਪਿੰਡਾਂ ਦੇ ਵਿੱਚ ਗਰੀਬ ਲੋਕ ਧੜਾ ਧੜ ਬੀਜੇਪੀ ਨਾਲ ਜੁੜ ਰਹੇ ਆ। ਇਹ ਕਿਹਦੀ ਮਿਹਰਬਾਨੀ ਆ? ਇਹ ਮਿਹਰਬਾਨੀ ਤੁਹਾਡੀ ਕਿਸਾਨ ਜਥੇਬੰਦੀ ਹੋ। ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਵਿਰੋਧ ਕਰ ਰਹੇ ਹਾਂ ਅਤੇ ਸਾਡੇ ਹਿਸਾਬ ਨਾਲ ਪ੍ਰਚਾਰ ਕਰ ਰਹੇ ਹਾਂ ਤੁਸੀਂ ਹੰਸਰਾਜ ਦਾ, ਅਤੇ ਹੰਸਰਾਜ ਸਿੰਘ ਜੀ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਹੁੰਦਾ ਕਿਸਾਨ ਜਥੇਬੰਦੀਆਂ ਦਾ। ਤੁਸੀਂ ਮੇਰੀ ਗੱਲ ਯਾਦ ਰੱਖਿਓ, ਪਿੰਡਾਂ ਵਿੱਚੋਂ, ਸ਼ਹਿਰਾਂ 'ਚੋਂ ਨਹੀਂ ਮੈਨੂੰ ਪਤਾ, ਪਰ ਪਿੰਡਾਂ ਵਿੱਚੋਂ ਅਸੀਂ ਪਿੰਡਾਂ ਵਾਲੇ ਹਾਂ, ਪਿੰਡਾਂ ਵਿੱਚੋਂ ਤੁਹਾਡੀ ਵੋਟ ਜ਼ਿਆਦਾ ਨਿਕਲਣੀ ਆ, ਇਹ ਗੱਲ ਸੱਚ ਆ, ਕਿਉਂਕਿ ਗਰੀਬ ਜਨਤਾ ਤੁਹਾਨੂੰ ਪਤਾ ਹੈ ਕਿ 80% ਆ, ਅਤੇ ਉਹ ਲੋਕ ਤੁਹਾਡੀ ਸਪੋਰਟ ਕਰ ਰਹੇ ਆ, ਗਰੀਬ ਜਨਤਾ ਅਸੀਂ ਪਿੰਡਾਂ ਵਿੱਚ ਲੋਕਾਂ ਦੀ ਗੱਲ ਸੁਣਦੇ ਹਾਂ। ਹਾਂਜੀ ਜਗਸੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜਗਸੀਰ ਸਿੰਘ, ਵੀਡੀਓ ਨੂੰ ਨਾ ਸ਼ੇਅਰ ਲਾਜ਼ਮੀ ਕਰਨੀ ਆ, ਕਿਉਂਕਿ ਕਿਤੇ ਨਾ ਕਿਤੇ ਨਾ ਇਹ ਜਾਤੀ ਵਿਤਕਰਾ ਅਤੇ ਧੱਕਾ ਗਰੀਬ ਬੰਦਿਆਂ ਨਾਲ ਹੁੰਦਾ ਹੀ ਹੁੰਦਾ ਹੈ, ਚਾਹੇ ਕਿਸੇ ਲੈਵਲ 'ਤੇ ਲੈ ਲਓ ਤੁਸੀਂ, ਧੱਕਾ ਹੁੰਦਾ ਹੀ ਹੁੰਦਾ। ਗਰੀਬ ਦਾ ਮਤਲਬ ਇਹ ਨਹੀਂ ਕਿ ਪੈਸੇ ਵੱਲੋਂ ਗਰੀਬ ਆ, ਜਿਹਨੂੰ ਜਾਤ ਵੱਲੋਂ ਗਰੀਬ ਸਮਝਿਆ ਜਾਂਦਾ ਹੈ ਵੀ ਇਹ ਗਰੀਬ ਕੈਟਾਗਰੀ 'ਚ ਆਉਂਦਾ ਹੈ, ਜਿਹਨੂੰ ਕੈਟਾਗਰੀ 'ਚ ਪੱਖੋਂ ਗਰੀਬ ਗਿਣਿਆ ਜਾਂਦਾ ਹੈ ਨਾ। ਇੱਕ ਮੈਂ ਸੁਣ ਰਿਹਾ ਸੀ ਕਿਸਾਨ ਯੂਨੀਅਨ ਦਾ ਕੋਈ ਲੀਡਰ ਸੀਗਾ, ਉਹ ਕਹਿ ਰਿਹਾ ਸੀ ਇਹ ਗਰੀਬ ਕਿਹੜੇ ਪਾਸਿਓਂ ਆ, ਅਸੀਂ ਮੰਨਦੇ ਹਾਂ, ਸਾਨੂੰ ਤਾਂ ਖੁਸ਼ੀ ਹੈ ਗੱਲ ਦੀ ਕਿ ਉਸ ਉਹਦੇ ਕੋਲ ਚਾਰ ਪੈਸੇ ਹੈਗੇ ਆ, ਪਰ ਮੈਨੂੰ ਲੱਗਦਾ ਵੀ ਤੁਹਾਨੂੰ ਇਹਨਾਂ ਲੋਕਾਂ ਕੋਲ ਚਾਰ ਪੈਸੇ ਹੋਣ ਤਾਂ ਤੁਹਾਨੂੰ ਬਰਦਾਸ਼ਤ ਨਹੀਂ ਹੋਵੇਗੇ, ਤੁਹਾਨੂੰ ਇਹਨਾਂ ਦੀ ਗਰੀਬੀ ਇੱਕ ਗਰੀਬੀ ਚੰਗੇ ਲੱਗਦੇ, ਮਤਲਬ ਇਹ ਪਾਟੇ ਕੱਪੜੇ ਪਾਏ ਹੋਣ, ਅੱਗ ਦੀਆਂ ਚੱਪਲਾਂ ਪਾਈਆਂ ਹੋਣ, ਅਤੇ ਤੁਹਾਡੇ ਮਗਰ ਮਗਰ ਫਿਰਦੇ ਹੋਣ, ਜਦੋਂ ਤੁਸੀਂ ਕਹੋ ਟਾਲੀਆਂ 'ਚ ਬਹਿ ਕੇ ਤੁਰ ਪੈਂਦੇ ਹੋਣ, ਫਿਰ ਇਹ ਚੰਗੇ ਆ।
ਤੇ ਜੇ ਕਿਸੇ ਪਾਰਟੀ ਨੇ ਦੁਰਲੇ ਜਾਂ ਇਹਨਾਂ ਨੂੰ ਕੋਈ ਸੀਟ ਟਿਕਟ ਮਿਲਦੀ ਆ ਕਦੋਂ ਫਿਰ ਇਹ ਮਾੜੇ ਆ, ਫਿਰ ਗਦਾਰ ਆ। ਜਿਹੜਾ ਬੀਜੇਪੀ ਦੇ ਵਿੱਚ ਗਰੀਬ ਰਲ ਗਿਆ ਉਹ ਗਦਾਰ ਆ, ਜਿਹੜਾ ਬੀਜੇਪੀ ਦੇ ਵਿੱਚ ਕੋਈ ਹੋਰ ਕਮਿਊਨਿਟੀ ਦਾ ਰਲ ਗਿਆ ਉਹ ਸਰਦਾਰ ਆ। ਵਾਹ ਵੀ ਵਾਹ, ਇਹ ਦੂਰਾ ਮਾਪਦੰਡ ਨਹੀਂ ਚੱਲਣਾ ਭਾਈ। ਗਰੀਬ ਲੋਕ ਜਿੰਨੇ ਵੀ ਆ, ਜਿੰਨੇ ਮਤਲਬ ਗਰੀਬ ਪਰਿਵਾਰ ਆ, ਮੈਂ ਉਹਨਾਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜਿਹੜਾ ਕੋਈ ਬੰਦਾ ਤੁਹਾਡਾ ਤੁਹਾਡੀ ਗੱਲ ਕਰਨੀ ਚਾਹੁੰਦਾ ਉਹਦੀ ਸਪੋਰਟ ਕਰੋ, ਦੱਬ ਕੇ ਉਹਨੂੰ ਵੋਟ ਪਾਵੋ। ਜੇ ਹੰਸਰਾਜ ਪਿੰਡਾਂ 'ਚ ਆ ਕੇ ਤੁਹਾਨੂੰ ਮਿਲਣਾ ਚਾਹੁੰਦਾ ਅਤੇ ਗਰੀਬ ਪਰਿਵਾਰਾਂ ਦੀ ਹਾਲ ਚਾਲ ਪੁੱਛਣਾ ਚਾਹੁੰਦਾ, ਤੇ ਭਾਈ ਤੁਸੀਂ ਕਿਉਂ ਨਹੀਂ ਮਿਲਦੇ ਰਹੇ ਉਹਨੂੰ? ਤੁਸੀਂ ਕਿਉਂ ਨਹੀਂ ਗੱਲ ਕਰਦੇ ਰਹੇ ਉਹਨਾਂ ਲੋਕਾਂ ਨਾਲ ਕਿ ਸੈਂਟਰ ਤੱਕ ਗੱਲ ਜਾਵੇ, ਇਹਨਾਂ ਗਰੀਬਾਂ ਦੀ ਗੱਲ ਵੀ ਸੈਂਟਰ ਤੱਕ ਜਾਵੇ? ਕੀ ਗੱਲ ਤੁਹਾਨੂੰ ਬਰਦਾਸ਼ਤ ਨਹੀਂ ਇਹ ਗੱਲ? ਤੁਸੀਂ ਵੀ ਤੁਸੀਂ ਤਾਂ ਗੱਲ ਪਹੁੰਚਾਉਣੀ ਨਹੀਂ ਗਰੀਬਾਂ ਦੇ ਸੈਂਟਰ ਤੱਕ ਕਿ ਇਹਨਾਂ ਨੂੰ ਤਕਲੀਫਾਂ ਕੀ ਆ, ਇਹਨੇ ਘਰਾਂ ਵਿੱਚ ਗੱਲਾਂ ਕਿੱਥੇ ਕਿਹੜੀਆਂ ਕਿਹੜੀਆਂ ਪ੍ਰੋਬਲਮ ਆਏ। ਕਿਉਂਕਿ ਜੇ ਕੋਈ ਸਰਪੰਚ ਬਣਦਾ ਹੈ ਨਾ ਪਿੰਡਾਂ 'ਚ, ਮੈਂ ਇਹ ਗੱਲ ਥੋੜ੍ਹਕ ਵੀ ਜਾ ਕੇ ਕਹਿਣਾ ਚਾਹੁੰਦਾ, ਜੇ ਕੋਈ ਸਰਪੰਚ ਬਣਦਾ ਪਿੰਡਾਂ 'ਚ ਗਿਣਤੀ ਵਿੱਚ ਫੋਨ ਨਾ ਕਰਿਓ। ਜੇ ਕੋਈ ਪਿੰਡ ਦਾ ਸਰਪੰਚ ਬਣਦੇ ਨਾ ਪਿੰਡਾਂ 'ਚ, ਤੇ ਤੁਸੀਂ ਨੋਟ ਕਰ ਲਿਓ, ਜਿੱਥੇ ਵੀ ਜਿਹੜੇ ਪਾਸੇ ਐਸੀ ਪਰਿਵਾਰ ਦੇ ਪਰਿਵਾਰਾਂ ਦੇ ਘਰ ਆ ਨਾ, ਉਹਨਾਂ ਗਲੀਆਂ ਨੂੰ ਛੱਡ ਦਿੱਤਾ ਜਾਂਦਾ ਹੈ। ਜਿੱਥੇ ਐਸੀ ਵਰਗ ਦੇ ਘਰ ਆ, ਤੇ ਫਿਰ ਇਹਨਾਂ ਨੂੰ ਕੀ ਹੰਸਰਾਜ ਹੰਸ ਜੇ ਆਇਆ ਏ ਸੈਂਟਰ ਗੌਰਮੈਂਟ ਵੱਲੋਂ, ਤੇ ਸੈਂਟਰ ਗੌਰਮੈਂਟ ਦੀ ਯਾਰ ਕੀ ਹੰਸਰਾਜ ਹੰਸ ਜੇ ਆਇਆ ਹੈ ਨਾ, ਵੀ ਸੈਂਟਰ ਗੌਰਮੈਂਟ ਦੀ ਗੱਲ ਪਹੁੰਚੇ ਗਰੀਬਾਂ ਦੀ, ਸੈਂਟਰ ਗੌਰਮੈਂਟ ਤੱਕ ਗਰੀਬਾਂ ਨੂੰ ਕਿੱਥੇ ਕਿੱਥੇ ਲੋੜ ਹੈ, ਕਿਹੜੀ ਕਿਹੜੀ ਤਕਲੀਫ ਆ ਗਰੀਬਾਂ ਨੂੰ, ਕਿਹੜੀਆਂ ਕਿਹੜੀਆਂ ਉਹਨਾਂ ਨੂੰ ਫੈਸਿਲਿਟੀਆਂ ਨਹੀਂ ਮਿਲ ਰਹੀਆਂ ਸਰਕਾਰਾਂ ਵੱਲੋਂ, ਜਾਂ ਉਹਨਾਂ ਤੱਕ ਨਹੀਂ ਪਹੁੰਚ ਰਹੀਆਂ ਜਿਹੜੀਆਂ ਫੈਸਿਲਿਟੀਆਂ ਸਰਕਾਰਾਂ ਦੇ ਰਹੀਆਂ ਗਰੀਬਾਂ ਨੂੰ। ਮੋਦੀ ਦੀਆਂ ਯੋਜਨਾਵਾਂ ਵੀ ਹੈਗੀਆਂ ਏ, ਭਗਵੰਤ ਮਾਨ ਸਾਹਿਬ ਦੀਆਂ ਯੋਜਨਾਵਾਂ ਵੀ ਹੈਗੀਆਂ ਏ, ਜਿਹੜੀਆਂ ਮਤਲਬ ਗਰੀਬਾਂ ਲਈ ਹੈਗੀਆਂ, ਉਹਨਾਂ ਨੇ ਕੱਢੀਆਂ ਏ, ਪਰ ਗਰੀਬਾਂ ਤੱਕ ਨਹੀਂ ਪਹੁੰਚ ਰਹੀਆਂ, ਗਰੀਬਾਂ ਤੱਕ ਉਹ ਯੋਜਨਾਵਾਂ ਨਹੀਂ ਪਹੁੰਚ ਰਹੀਆਂ। ਤੇ ਜੇ ਕੋਈ ਨੁਮਾਇੰਦਾ ਆਉਂਦਾ ਏ ਗੱਲ ਕਰਨ ਵਾਲਾ, ਤੇ ਸਾਡੀ ਗੱਲ ਗਰੀਬਾਂ ਦੀ, ਗਰੀਬ ਪਰਿਵਾਰਾਂ ਦੀ ਗੱਲ ਉਹ ਤਾਂ ਤੱਕ ਪਹੁੰਚਾਉਂਦਾ ਏ, ਤੇ ਫਿਰ ਕਿਸੇ ਨੂੰ ਕੀ ਤਕਲੀਫ ਆ ਭਾਈ? ਤੇ ਤੁਸੀਂ ਕਾਹਤੋਂ ਨਹੀਂ ਗੱਲ ਹੁੰਦੇ ਰਹੇ, ਉਹਨਾਂ ਦੀ ਗੱਲ ਪਹੁੰਚਣ ਕਿਉਂ ਹੁੰਦੇ ਰਹੇ? ਦੇਖੋ, ਵੋਟ ਪਾਉਣਾ ਨਾ ਪਾਉਣਾ ਇਹ ਤੁਹਾਡੀ ਆਪਣੀ ਰਾਏ ਆ, ਆਪਣੀ ਮਰਜ਼ੀ ਆ। ਜੇ ਤੁਸੀਂ ਇਵੇਂ ਕਰੋਗੇ ਨਾ, ਤੇ ਮੈਂ ਦਾਅਵੇ ਨਾਲ ਕਹਿੰਦਾ ਇਹ ਗੱਲ, ਤੁਸੀਂ ਇਹਨੂੰ ਹੰਸਰਾਜ ਨੂੰ ਤੁਸੀਂ ਪਿੰਡਾਂ 'ਚ ਵੜਨ ਨਾ ਦਿਓਗੇ ਤੇ ਕਿਸੇ ਦੀ ਗੱਲ ਨਹੀਂ ਕਰਨ ਦਿਓਗੇ, ਮੈਂ ਦਾਅਵੇ ਨਾਲ ਕਹਿੰਦਾ ਹੈ ਹੰਸਰਾਜ ਨੂੰ, ਹੰਸਰਾਜ ਨੂੰ ਜਿਤਾਉਣ ਵਿੱਚ ਤੁਹਾਡਾ ਹੀ ਯੋਗਦਾਨ ਹੋਣਾ ਹੈ ਸਭ ਤੋਂ ਵੱਡਾ। ਕਿਉਂਕਿ ਗਰੀਬਾਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਆ, ਗਰੀਬ ਲੋਕ ਇਹ ਗੱਲ ਸਮਝ ਚੁੱਕੇ ਆ ਕਿ ਕੋਈ ਧਰਤਾ ਹੈ ਜਿਹੜੀ ਕਹਿੰਦੀ ਆ ਕਿ ਸੈਂਟਰ ਗੌਰਮੈਂਟ ਤੱਕ ਜਾਂ ਪੰਜਾਬ ਗੌਰਮੈਂਟ ਤੱਕ ਸਾਡਾ ਦੁੱਖ ਦਰਦ ਨਾ ਪਹੁੰਚੇ। ਉਹ ਕੌਣ ਧਿਰਾ? ਉਹ ਕਿਸਾਨ ਯੂਨੀਅਨ ਧਿਰਾ, ਮੈਂ ਕਹਿੰਦਾ ਕਿਸਾਨ ਯੂਨੀਅਨ ਧਿਰਾ ਉਹ ਜਿਹੜੀ ਇਹ ਗੱਲ ਨੂੰ ਮਤਲਬ ਗੌਰਮੈਂਟ ਤੱਕ ਨਹੀਂ ਪਹੁੰਚ ਦੇ ਰਹੀ ਕਿ ਗਰੀਬਾਂ ਨੂੰ ਦੁੱਖ ਤਕਲੀਫ ਕਿੱਥੇ ਆ। ਇਹ ਗੱਲ ਸਾਹਮਣੇ ਜ਼ਾਹਰ ਹੋ ਰਹੀ ਹੈ ਗੱਲ ਭਾਈ ਸਾਹਿਬ, ਤੇ ਤੁਸੀਂ ਉਹਨਾਂ ਨੂੰ ਆਉਣ ਦਿਓ, ਗੱਲਬਾਤ ਕਰਨ ਦਿਓ। ਵੋਟ ਪਾਉਣੀ ਜਾਂ ਨਾ ਪਾਉਣੀ ਤਾਂ ਅਗਲੇ ਦੀ ਮਰਜ਼ੀ ਆ, ਉਹਨੇ ਪਾਉਣੀ ਕਿ ਨਹੀਂ ਪਾਉਣੀ। ਤੇ ਹੰਸਰਾਜ ਨੂੰ ਵੀ ਪਤਾ ਲੱਗ ਜੂਗਾ ਕਿ ਸਾਡੀ ਪਾਰਟੀ ਕਿੱਥੇ ਗਲਤ ਸੀਗੀ, ਤੇ ਫਿਰ ਤੁਸੀਂ ਉਹਨਾਂ ਨੂੰ ਜਦੋਂ ਗੱਲ ਹੀ ਨਾ ਕਰਨ ਦਿਓਗੇ ਤੇ ਫਿਰ ਲੋਕਾਂ ਨੂੰ ਤਾਂ ਇਹ ਸਮਝ ਲੱਗਣੀ ਆ ਨਾ, ਤੇ ਲੋਕਾਂ ਨੂੰ ਇਹ ਗੱਲ ਸਮਝ ਲੱਗ ਵੀ ਗਈ ਆ, ਪਿੰਡਾਂ 'ਚ ਪ੍ਰਚਾਰ ਵੀ ਹੋ ਰਿਹਾ ਏ ਆਮ ਪਿੰਡਾਂ ਵਿੱਚ। ਇਹ ਸੱਚਾਈ ਆ ਕਿ ਹੰਸਰਾਜ ਹੰਸ ਨੂੰ ਪਿੰਡਾਂ ਦੇ ਵਿੱਚ ਗਰੀਬਾਂ ਪਰਿਵਾਰਾਂ ਦੀਆਂ ਦੁੱਖ ਦਰਦ ਸੁਣਨ ਨਹੀਂ ਦਿੱਤੇ ਜਾ ਰਹੇ।
ਤੇ ਇਹਦੇ ਵਿੱਚ ਇੱਕ ਸਾਜ਼ਿਸ਼ ਆ, ਸਾਜ਼ਿਸ਼ ਦੀ ਬੋ ਆਉਂਦੀ ਆ ਲੋਕਾਂ ਦੇ ਪਿੰਡਾਂ 'ਚ ਆਮ ਕਹਿਣ ਲੱਗ ਗਿਆ ਭਾਈ ਤੇ ਇਹਨੂੰ ਹੰਸ ਰਾਜ ਨੂੰ ਜਿਤਾਉਣਾ ਜੇ ਤੁਸੀਂ ਉਹ ਜਿਤਾਉਣਾ ਹੈ, ਇਹ ਗੱਲ ਨੋਟ ਕਰ ਲਓ। ਤੇ ਪਿੰਡਾਂ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਮਿਲੋ, ਜਿਹੜਾ ਵੀ ਨੁਮਾਇੰਦਾ ਆਉਂਦਾ ਹੈ ਸਰਕਾਰ ਦਾ ਤੁਸੀਂ ਉਹਨੂੰ ਮਿਲੋ, ਮਿਲ ਕੇ ਗੱਲਬਾਤ ਕਰੋ, ਆਪਣਾ ਦੁੱਖ ਦਰਦ ਅਗਲੇ ਨੂੰ ਡਾਇਰੈਕਟ ਦੱਸੋ। ਜਿਹੜੀ ਫੈਸਿਲਿਟੀ ਤੁਹਾਡੇ ਤੱਕ ਸਰਕਾਰ ਨੇ ਦਿੱਤੀ ਹੈ ਤੁਹਾਨੂੰ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਤੇ ਘੜਮ ਚੌਥੀ ਰਾਹ 'ਚ ਹੀ ਖਾ ਰਹੇ ਆ ਉਹਨੂੰ, ਜਾਂ ਆਪਣੇ ਆਪਣਿਆਂ ਨੂੰ ਦੇ ਰਹੇ ਆ, ਕਹਿੰਦੇ ਅੰਨਾ ਵੰਡੇ ਰੋਲੀਆਂ ਮੁਰਮਲ ਘਰਦਿਆਂ ਨੂੰ ਦੇ, ਉਹ ਸਿਸਟਮ ਕਰ ਰਹੇ ਆ, ਤੇ ਫਿਰ ਸਰਕਾਰ ਤੱਕ ਗੱਲ ਪਹੁੰਚਣੀ ਚਾਹੀਦੀ ਹੈ, ਇਹ ਮਾਨ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ, ਭਗਵੰਤ ਮਾਨ ਤੱਕ ਜਾਂ ਮੋਦੀ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਕਿ ਗਰੀਬਾਂ ਨੂੰ, ਜਿਹਨਾਂ ਨੂੰ ਵਿਚਾਰਿਆਂ ਨੂੰ ਕੋਈ ਪਤਾ ਹੀ ਨਹੀਂ ਕਾਨੂੰਨ ਦਾ, ਨਹੀਂ ਪਤਾ ਕਿਹੜੀ ਫੈਸਿਲਿਟੀ ਉਹਨਾਂ ਵਾਸਤੇ ਆਈ, ਕੀ ਕਾਨੂੰਨ ਬਣਾਇਆ ਸਰਕਾਰ ਨੇ, ਉਹਨਾਂ ਨੂੰ ਪਤਾ ਹੀ ਕੁਛ ਨਹੀਂ। ਤੇ ਜੇ ਕੋਈ ਨੁਮਾਇੰਦਾ ਦੱਸਣ ਆਉਂਦਾ ਹੈ ਤੁਹਾਨੂੰ, ਭਾਈ ਆਹ ਸਹੂਲਤਾਂ ਦਿੱਤੀਆਂ ਸੀਗੀਆਂ ਤੁਹਾਡੇ ਤੱਕ ਪਹੁੰਚੀਆਂ, ਤੇ ਜੇ ਕੋਈ ਹੁਣ ਜਦੋਂ ਆ ਕੇ ਪੁੱਛਣਗੇ ਤੁਹਾਡੇ ਤੱਕ ਪਹੁੰਚੀਆਂ ਸਹੂਲਤਾਂ, ਤੇ ਅਗਲੇ ਕਹਿਣਗੇ ਜੀ ਨਹੀਂ ਪਹੁੰਚੀਆਂ, ਫਿਰ ਫਿਕਰ ਕਿਹਨੂੰ ਆ? ਫਿਕਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪਹੁੰਚਣ ਨਹੀਂ ਦਿੱਤੀਆਂ, ਜਿਨ੍ਹਾਂ ਨੇ ਉਹ ਸਹੂਲਤਾਂ ਗਰੀਬਾਂ ਤੱਕ ਨਹੀਂ ਆਉਣ ਦਿੱਤੀਆਂ। ਪੰਚਾਇਤੀ ਫੰਡ ਦੇ ਵਿੱਚ ਕਾਫੀ ਵੱਡਾ ਹਿੱਸਾ ਸੈਂਟਰ ਗੌਰਮੈਂਟ ਦਾ ਫੰਡ ਆਉਂਦਾ ਹੈ, ਤੇ ਜਦੋਂ ਹੁਣ ਹੰਸਰਾਜ ਆ ਕੇ ਦੇਖੂਗਾ ਪਿੰਡਾਂ ਦੇ ਵਿੱਚ ਕਿ ਗਰੀਬਾਂ ਦੇ ਘਰਾਂ ਦੀਆਂ ਗਲੀਆਂ ਨਹੀਂ ਬਣੀਆਂ, ਗਰੀਬਾਂ ਦੀਆਂ ਲੈਟਰੀਨਾਂ ਬਾਥਰੂਮਾਂ ਨਹੀਂ ਬਣੀਆਂ ਹੈਗੀਆਂ, ਲੈਟਰੀਨਾਂ ਨਹੀਂ ਬਣੀਆਂ, ਜਾਂ ਗਰੀਬਾਂ ਨੂੰ ਹੋਰ ਕੋਈ ਫੈਸਿਲਿਟੀਆਂ ਛੱਤਾਂ ਪੈਣ ਵਾਲੀਆਂ ਦਿੱਤੀਆਂ ਸੀ ਨਾ, ਉਹਦੇ ਪੈਸੇ ਪੰਚਾਇਤਾਂ ਲੈ ਕੇ ਹੜੱਪ ਕਰ ਗਈਆਂ। ਜਦੋਂ ਅਗਲਾ ਹੰਸਰਾਜ ਹੰਸ ਜਦੋਂ ਆ ਕੇ ਵੇਖੂਗਾ ਤੇ ਫਿਰ ਉਹ ਸਰਕਾਰ ਤੱਕ ਗੱਲ ਪਹੁੰਚਾਊਗਾ, ਤੇ ਅਗਲੇ ਕਹਿੰਦੇ ਗੱਲ ਪਹੁੰਚਾਵੇ ਕਿਵੇਂ, ਇਹੀ ਤਾਂ ਗੱਲ ਅਗਲੇ ਹੋਣ ਦੇਣੀ ਨਹੀਂ ਚਾਹੁੰਦੇ। ਇਸ ਕਰਕੇ ਤੁਸੀਂ ਜੇ ਆਪਣਾ ਭਲਾ, ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹੋ ਨਾ, ਤੇ ਜਿਹੜਾ ਕੋਈ ਸਰਕਾਰੀ ਨੁਮਾਇੰਦਾ ਆਉਂਦਾ ਹੈ ਤੁਸੀਂ ਸੰਗਤ ਜੀ ਮਿਲੋ ਉਹਨੂੰ, ਉਹਦੇ ਨਾਲ ਮਿਲ ਕੇ ਉਹਦੇ ਨਾਲ ਗੱਲ ਕਰੋ ਵੀ ਆਹ ਫੈਸਿਲਿਟੀਆਂ ਤੁਸੀਂ ਸਾਨੂੰ ਕੁਛ ਦਿੱਤਾ ਹੀ ਨਹੀਂ। ਅਗਲਾ ਕਹੂੰਗਾ ਅਸੀਂ ਆਹ ਵੀ ਫੈਸਿਲਿਟੀ ਦਿੱਤੀ ਤੁਹਾਨੂੰ, ਆਹ ਵੀ ਤੁਹਾਨੂੰ ਦਿੱਤੀ ਫੈਸਿਲਿਟੀ, ਆਹ ਵੀ ਤੁਹਾਨੂੰ ਸਹੂਲਤ ਦਿੱਤੀ ਸੀ, ਆਹ ਵੀ, ਤੇ ਤੁਸੀਂ ਕਹੋਗੇ ਸਾਡੇ ਤੱਕ ਆਈ ਨਹੀਂ। ਜੋ ਤੁਸੀਂ ਕਹੋਗੇ ਸਾਡੇ ਤੱਕ ਆਈ ਨਹੀਂ, ਫਿਰ ਅਗਲਾ ਦੱਸਣ ਯੋਗ ਤਾਂ ਬਣਦਾ ਵੀ ਅਸੀਂ ਤਾਂ ਭਾਈ ਦਿੱਤੀਆਂ ਸੀ ਤੇ ਕੌਣ ਖਾ ਗਏ ਉਹ ਰਾਹ ਦੇ ਵਿੱਚ। ਇਹੀ ਗੱਲਾਂ ਜਿਹੜੀਆਂ ਤੁਹਾਨੂੰ ਤੁਹਾਡੇ ਤੱਕ ਅਗਲੇ ਆਉਣ ਨਹੀਂ ਦੇ ਰਹੇ, ਇਸ ਕਰਕੇ ਦੱਬ ਕੇ ਆਪਣੇ ਆਪ ਨੂੰ ਪਹਿਚਾਣੋ, ਦੱਬ ਕੇ ਮਤ ਕਰਿਆ ਕਰੋ। ਜੇ ਬੰਦਾ ਜਿਹੜਾ ਬੰਦਾ ਤੁਹਾਡੀ ਗੱਲ ਸੁਣਨ ਆ ਰਿਹਾ ਹੈ ਤੇ ਉਹਨਾਂ ਨੂੰ ਡੱਟ ਕੇ ਵਿਰੋਧ ਕਰੋ। ਜਿਹੜੇ ਬੰਦੇ ਤੁਹਾਡੀ ਸਰਕਾਰ ਤੱਕ ਗੱਲ ਨਹੀਂ ਜਾਣ ਦੇਣ ਜਾ ਰਹੇ, ਜਿਹੜੇ ਬੰਦੇ ਕਹਿੰਦੇ ਤੁਹਾਡੀ ਗੱਲ ਸਰਕਾਰ ਤੱਕ ਨਾ ਪਹੁੰਚੇ, ਉਹਨਾਂ ਬੰਦੇ ਨਾਲ ਡੱਟ ਕੇ ਵਿਰੋਧ ਕਰਿਆ ਕਰੋ, ਬੇਨਤੀਆਂ ਪ੍ਰਵਾਨ ਕਰਿਓ। ਤੇ ਹੰਸਰਾਜ ਹੰਸ ਨੂੰ ਜਿੱਥੇ ਵੀ ਮਿਲਦਾ ਹੈ, ਜਿੱਥੇ ਵੀ ਕਿਤੇ ਬੈਠਾ ਜਾ, ਮੋਗੇ ਬੈਠਾ ਜਾ, ਹਲ ਚੰਗਾ ਜਿੱਥੇ ਬੈਠਦਾ ਹੈ, ਤੇ ਜੇ ਤੁਹਾਨੂੰ ਲੱਗਦਾ ਹੈ ਤੇ ਆਪਦੇ ਪਿੰਡ ਦੀ ਇੱਕ ਟੀਮ ਬਣਾ ਕੇ 10-15 ਬੰਦਿਆਂ ਦੀ ਟੀਮ ਬਣਾ ਕੇ ਤੇ ਉਹਨੂੰ ਮਿਲਣ ਵਾਸਤੇ ਭੇਜੋ, ਮਿਲੇ ਜਾਂ ਕੋਈ ਟੀਮ ਗੱਲ ਕਰੇ ਕਿ ਸਾਡੇ ਪਿੰਡ ਵਿੱਚ ਆਹ ਸਹੂਲਤਾਂ ਨਹੀਂ ਆਈਆਂ ਗਈਆਂ, ਸਾਨੂੰ ਆਹ ਸਹੂਲਤਾਂ ਨਹੀਂ ਮਿਲੀਆਂ, ਕਿਉਂਕਿ ਪੰਚਾਇਤ ਦੇ ਫੰਡ ਵਿੱਚ ਕਾਫੀ ਵੱਡਾ ਹਿੱਸਾ ਜਿਹੜਾ ਸੈਂਟਰ ਗੌਰਮੈਂਟ ਦਾ ਫੰਡ ਆਉਂਦਾ ਹੈ। ਮਿਲੋ ਜਾ ਕੇ ਹੰਸਰਾਜ ਨੂੰ ਤਾਂ ਜੋ ਸੈਂਟਰ ਗੌਰਮੈਂਟ ਤੱਕ, ਤਾਂ ਜੋ ਭਗਵੰਤ ਮਾਨ ਤੱਕ ਤੁਹਾਡੀ ਗਰੀਬਾਂ ਦੀ ਗੱਲ ਪਹੁੰਚ ਸਕੇ, ਕਿਉਂਕਿ ਇਹਨਾਂ ਲੋਕਾਂ ਨੇ ਤੁਹਾਡੀ ਗੱਲ ਨਾ ਪਹੁੰਚਾਉਣੀ ਆ ਤੇ ਨਾ ਪਹੁੰਚਣ ਦੇਣੀ ਆ। ਇਹ ਗੱਲ ਯਾਦ ਰੱਖ ਲਿਓ, ਇਹ ਤੁਹਾਨੂੰ ਆਪ ਨੂੰ ਹੀ ਸਟੈਂਡ ਲੈਣਾ ਪੈਣਾ। ਬੇਨਤੀਆਂ ਪ੍ਰਵਾਨ ਕਰਨੀਆਂ, ਵੀਡੀਓ ਸ਼ੇਅਰ ਕਰਨੀ, ਆਪਣੇ ਸਭ ਗਰੀਬ ਪਰਿਵਾਰ ਤੱਕ ਵੀਡੀਓ ਪਹੁੰਚਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।